ਫਿਰੋਜ਼ਪੁਰ ਨੈਸ਼ਨਲ ਹਾਈਵੇ 'ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਦੇਰ ਰਾਤ ਮੁੰਬਈ ਤੋਂ ਸਬਜ਼ੀ ਲੈ ਕੇ ਜਲੰਧਰ ਨੂੰ ਜਾ ਰਹੇ ਟਰੱਕ ਦਾ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗਿਆ, ਜਿਸ ਕਾਰਨ ਟਰੱਕ ਡਰਾਈਵਰ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸਦੇ ਨਾਲ ਇੱਕ ਹੋਰ ਵਿਅਕਤੀ ਸੀ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਪੁਲਿਸ ਮੌਕੇ 'ਤੇ ਪਹੁੰਚ ਕੇ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ ਅਤੇ ਮ੍ਰਿਤਕ ਦੀ ਡੈੱਡ ਬੋਡੀ ਨੂੰ ਮੋਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਮੇਰਾ ਨਰਿੰਦਰ ਸਿੰਘ। ਨਰਿੰਦਰ, ਆਪਣੇ ਜਿਹੜਾ ਐਕਸੀਡੈਂਟ ਹੋਇਆ ਤੇ ਕੌਣ ਡੈਥ ਹੋਈ ਤੇ ਕੀ ਹੋਇਆ? ਇਹਦਾ ਡਰਾਈਵਰ ਨਾ ਮੁੰਡਾ, ਇਹ ਭੈਣੀ ਸਾਹਿਬ ਦਾ ਹੈ। ਹਾਂਜੀ ਹਾਂਜੀ। ਤੇ ਮੈਨੂੰ ਭੈਣੀ ਸਾਹਿਬ ਤੋਂ ਫੋਨ ਆਇਆ ਤਾਂ ਕਿ ਮੈਂ ਆਇਆ ਵੀ ਗੱਡੀ ਦੇਖਣ ਲਈ। ਰਿਸ਼ਤੇਦਾਰ ਹੀ ਆਪਣਾ? ਹਾਂ, ਰਿਸ਼ਤੇਦਾਰ ਆਪਣੇ, ਜਿਹੜਾ ਮੁੰਡੇ ਦੀ ਡਰਾਈਵਰ ਦੀ ਡੈਥ ਹੋਈ। ਕਿੱਥੇ ਕਰਦਾ ਹੈ, ਕਿੱਥੋਂ ਲੈ ਕੇ ਆਇਆ? ਇਹ ਗੱਡੀ ਹੈਗੀ ਅੰਮ੍ਰਿਤਸਰ ਦੀ। ਹਾਂ ਹਾਂ। ਤੇ ਬੰਬੇ ਤੋਂ ਲੈ ਕੇ ਆਇਆ ਪਿੰਡੀ ਵਿੱਚ ਸਬਜ਼ੀ ਹੈ, ਤੇ ਲੈ ਕੇ ਜਾਣੀ ਸੀ ਜਲੰਧਰ ਇਹਨਾਂ ਨੇ। ਜਲੰਧਰ ਲੈ ਕੇ ਜਲੰਧਰ ਲੈ ਕੇ ਜਾਣੀ ਸੀ। ਪੈਣੀ ਤੋਂ ਆ ਗਿਆ। ਹਾਂ, ਭੈਣੀ ਸਾਹਿਬ ਕੋਲ ਆਏ। ਇਹ ਡਰਾਈਵਰ ਜਿਹੜਾ ਭੈਣੀ ਸਾਹਿਬ ਦਾ ਹੈ। ਇਹ ਗੱਡੀ ਅਸਲ ਨਾ ਮੋੜਨ ਤੋਂ ਸਹੀ ਮੁੜੀ ਨੀ ਗੱਡੀ, ਭੁਲੇਖਾ ਪੈ ਗਿਆ ਕਿਤੇ, ਬਸ ਉਹੀ ਚੱਕਰ, ਗੱਡੀ ਤੇਜ਼ ਆਉਂਦੀ ਸਪੀਡ 'ਚ ਕਿਤੇ, ਤੇ ਪਤਾ ਨੀ ਲੱਗਾ ਸਿੱਧੀ ਗੱਡੀ ਥੱਲੇ ਉਤਰ ਕੱਲਾ ਡਰਾਈਵਰ ਨਹੀਂ, ਦੂਸਰੇ ਦਾ ਨੀ, ਕੱਲਾ ਡਰਾਈਵਰ ਸੀ। ਹਾਂਜੀ ਹਾਂਜੀ। ਮੇਰਾ ਨਾਮ ਸੰਜੇ ਹੈ। ਕਿੰਨਾ ਦੀ ਗੱਡੀ ਸੀ? ਮੇਰੀ ਆਪਣੀ ਗੱਡੀ ਹੈ ਜੀ, ਇਹ ਬੰਬੇ ਵੱਲੋਂ ਆ ਰਹੀ ਹੈ, ਰਾਜਕੁਮਾਰ MP ਚੋਂ। ਹਾਂ ਹਾਂ। ਭਿੰਡੀ ਦੇ ਕਰੇਲੇ ਇਹ ਜਲੰਧਰ ਜਾਣਾ, ਜਲੰਧਰ ਜਾਣਾ। ਇਹ ਮੋੜ ਬੜਾ ਗੋਲ ਆ ਜੀ, ਇੱਥੋਂ ਡਰਾਈਵਰ ਨੂੰ ਪਤਾ ਨਹੀਂ ਲੱਗਾ, ਤੇ ਕੱਟ ਮਾਰਦੇ ਮਾਰਦੇ ਇੱਥੋਂ ਚੜਿਆ ਇੱਥੇ ਖੰਭੇ ਦੇ, ਤੇ ਗੱਡੀ ਸੰਭਾਲੀ ਨਹੀਂ ਗਈ ਤੇ ਉਹ ਜਾ ਕੇ ਉੱਥੇ ਪੇੜ 'ਚ ਜਾ ਕੇ ਵੱਜ ਗਈ, ਪਲਟ ਗਈ ਹੈ, ਥੱਲੇ ਟੋਇਆ ਸੀ, ਤੇ ਉਹਦੇ ਕਾਰਨ ਨਾ ਮਤਲਬ ਗੱਡੀ ਸੰਭਾਲੀ ਨਹੀਂ ਗਈ ਉਹਦੇ ਕੋਲ। ਕਿੰਨੇ ਦੋ ਜਣੇ ਸੀ? ਇੱਕ ਬੰਦੇ ਦੀ ਡੈਥ ਹੋ ਗਈ ਹੈ ਜੀ, ਦੂਸਰੇ ਬੰਦੇ ਦਾ ਹਾਲੇ ਪਤਾ ਨਹੀਂ ਲੱਗ ਰਿਹਾ, ਪਤਾ ਕਰ ਦਿਆ। ਮੇਰੇ ਡਰਾਈਵਰ ਦੀ ਇੱਕ ਦੀ, ਹਾਂ ਇੱਕ ਡਰਾਈਵਰ ਸਕੱਤਰ ਸਿੰਘ ਹੀ ਤੇ ਇੱਕ ਦੂਸਰਾ ਬੰਦਾ ਮਲਕੀਤ ਸਿੰਘ, ਦੋਨੋਂ ਡਰਾਈਵਰ ਆ, ਦੋਨੋਂ ਡਰਾਈਵਰ ਆ, ਇੱਕ ਡਰਾਈਵਰ ਦੀ ਡੈਥ ਹੋ ਗਈ। ਹਾਂਜੀ, ਇੱਕ ਡਰਾਈਵਰ ਦੀ ਡੈਥ ਹੋ ਗਈ। ਕਿੰਨਾ ਨੁਕਸਾਨ? ਨੁਕਸਾਨ ਤਾਂ ਭਾਈ ਸਾਰਾ ਹੀ ਆ, ਗੱਡੀ ਦਾ ਟੋਟਲ ਲੋਸ ਹੋ ਗਈ ਆ, ਤੇ ਮਾਲ ਦਾ ਵੀ ਨੁਕਸਾਨ ਹੋ ਗਿਆ। ਹੁਣ ਬੁਲਾਇਆ ਇੰਸ਼ੋਰੈਂਸ ਕੰਪਨੀ ਵਾਲੇ ਆਣਗੇ, ਉਹ ਦੇਖਣਗੇ ਆਪਣੀ ਗੱਡੀ ਦਾ ਫੁੱਲ ਇੰਸ਼ੋਰੈਂਸ, ਨਵੀਂ ਗੱਡੀ ਹੈ ਮੇਰੀ, ਦੇਖਦੇ ਹੁਣ ਕੀ ਹੁੰਦਾ। ਉਹਨੂੰ ਕਿੱਥੇ ਲੈ ਗਏ ਨੇ ਜਿਹੜਾ? ਦੇਖੋ ਜੀ, ਉਹ ਜਿਹੜੀ ਡੈਥ ਹੋਈ ਹੈ ਉਹ ਪਹਿਲੇ ਤਾਂ ਫਿਰੋਜ਼ਪੁਰ ਲੈ ਕੇ ਗਏ ਸੀ ਸਿਵਲ ਹੋਸਪਿਟਲ, ਮੁੜ ਕੇ ਲੈ ਕੇ ਗਏ ਫਰੀਦਕੋਟ, ਇੱਥੋਂ ਰੈਫਰ ਕਰਤਾ ਜੀ ਉਹਨਾਂ ਨੇ, ਰੈਫਰੈਂਸ ਕਰਤਾ ਜੀ ਉੱਥੇ ਫਰੀਦਕੋਟ, ਅਤੇ ਫਰੀਦਕੋਟ ਹੀ ਡੈਥ ਹੋਈ ਉਹਦੀ। ਪੂਰਾ ਮਾਮਲਾ ਕਿਵੇਂ ਐਕਸੀਡੈਂਟ ਹੋਇਆ? ਇਹ ਨਾ ਰਾਤ ਵਕਤ ਕਰੀਬ 12 ਵਜੇ ਦੀ ਗੱਲ ਹੈ ਜੀ, ਅਤੇ ਰਾਤ ਹਨੇਰਾ ਹੋਣ ਕਰਕੇ ਲਾਈਟਾਂ ਪੈਣ ਕਰਕੇ ਡਰਾਈਵਰ ਨੂੰ ਪਤਾ ਨਹੀਂ ਲੱਗ ਸਕਿਆ ਵੀ ਅੱਗੇ ਚੌਂਕ ਹੈ, ਉਹ ਸਿੱਧੀ ਗੱਡੀ ਆਉਂਦੀ ਲੱਗ ਗਈ, ਜਿਸ ਕਰਕੇ ਗੱਡੀ ਪਲਟ ਗਈ ਹੈ ਜੀ। ਹੁਣ ਪਤਾ ਲੱਗਾ ਜੀ ਉਹਦੀ ਡਰਾਈਵਰ ਦੀ ਮੌਤ ਹੋ ਗਈ ਹੈ ਜੀ। ਕਿਲੇ ਵਾਲਾ ਚੌਂਕ ਫਿਰੋਜ਼ਪੁਰ ਕੈਂਟ। ਇਹਨਾਂ ਨਹੀਂ ਚੂਸ ਕਹਿ ਸਕਦੇ, ਲਾਈਟਾਂ ਪੈਣ ਕਰਕੇ। ਹਾਂਜੀ, ਮੋੜ ਕਰਕੇ। ਚਲੋ ਚਲੋ। Thank you.